ਜਦੋਂ ਆਪਾਂ ਬਾਹਰਲਿਆਂ ਨੂੰ ਛੱਡਣ ਜਾਂਦੇ ਹੁੰਦੇ ਹਾਂ ਏਅਰਪੋਰਟ 'ਤੇ, ਟੈਚੀ ਲੱਦੇ ਪਏ ਹੁੰਦੇ ਆਪਣੇ ਰੇਹੜੀ 'ਤੇ, ਜਿਵੇਂ ਆਪਾਂ ਉਦੋਂ ਨਹੀਂ ਤੁਰਦੇ ਹੁੰਦੇ ਏਅਰਪੋਰਟ 'ਚ, ਐਂ ਤੁਰਿਆ ਫਿਰਦਾ ਬਾਈ ਬਾਹਣ 'ਚ ਆਰਾਮ ਨਾਲ ਯਾਰ। ਬਾਹਲੀ ਨਜ਼ਾਰੇਦਾਰ ਮਸ਼ੀਨ ਆ ਪ੍ਰਭੂ ਯਾਰ, ਸਵਾਦ ਹੀ ਬਾਹਲਾ ਆਉਣਾ ਤੁਹਾਨੂੰ ਝੋਨਾ ਲੱਗਦਾ ਦੇਖ ਕੇ। ਦੂਜੀ ਗੱਲ, ਇਹ ਮਹਿੰਗੀਆਂ ਮੂੰਗੀਆਂ ਬਾਈ ਹੋਣੀਆਂ, ਇਹ ਜਦੋਂ ਕੇਰਾਂ ਪਿੰਡਾਂ 'ਚ ਆ ਗਈਆਂ ਨਾ, ਅਗਲੇ ਸਾਲ ਨੂੰ ਸਾਡੇ ਪਿੰਡ ਵਾਲੇ ਹਾਰ ਮਿਸਤਰੀ ਨੇ ਬਣਾ ਦੇਣੀ ਹੈ ਇਹ। ਅਤੇ ਤੁਸੀਂ ਦੇਖ ਕੇ ਯਾਰ, ਸਾਰੇ ਗੇਰ ਆ, ਹੌਲੀ ਜੀ ਮਸ਼ੀਨ ਆ, ਸਿਆੜਾਂ 'ਚ ਝੋਨਾ ਲਾਉਂਦੀ ਆ, ਐਂ ਉੱਤੇ ਹੀ ਪਨੀਰੀ ਧਰ ਲੈਣੀ ਆ, 2 ਕਿੱਲੇ ਲਾਮ 'ਤੇ ਜਾ ਕੇ ਇਹਦੀ ਪਨੀਰੀ ਮੁੱਕਦੀ ਆ। ਇਹਦੇ ਕਿੰਨੇ ਗੇਰ ਆ, ਕਿੰਨਾ ਖਰਚਾ ਪੈਂਦਾ, ਤੁਹਾਨੂੰ ਸਾਰਾ ਕੁਛ ਅੱਜ ਵਿਸਥਾਰ ਨਾਲ ਦੱਸਣਾ, ਕਿਵੇਂ ਝੋਨਾ ਲਾਉਂਦੀ ਆ, ਕਿਵੇਂ ਵੱਧ ਘੱਟ ਲਾਉਂਦੀ ਆ, ਸਾਰਾ ਕੁਛ ਤੁਹਾਨੂੰ ਦੱਸ ਦੇਣਾ, ਜਿਹਦੇ ਬਾਰੇ ਜਾਣਕਾਰੀ ਦੇ ਦੇਣੀ ਆ। ਅਗਲੀ ਵਾਰ ਨੂੰ ਤਿਆਰ ਰਹੋ, ਮੱਲੋ ਬਚ ਜਾਂਗੇ ਜੱਕੇ ਦੀ ਫੇਟ ਤੋਂ, ਨਹੀਂ ਤਾਂ ਲੁੱਟ ਕੇ ਲੈ ਜਾਣਗੇ, ਲੇਬਰ ਬਾਹਲੀ ਜ਼ਿਆਦਾ ਮਹਿੰਗੀ ਹੋਈ ਪਈ ਆ। ਦੂਜੀ ਗੱਲ ਯਾਰ, ਲੀੜੇ ਸਿਉਣ ਵਾਲੀ ਮਸ਼ੀਨ ਜਿੰਨਾ ਖੜਕਾ ਏ ਮਸ਼ੀਨ ਦਾ, ਆ ਜੋ ਕਰਦੇ ਆ ਗੱਲਾਂ ਬਾਤਾਂ ਬਾਈ ਨਾਲ। ਵੀਰੇ ਕਿੰਨੇ ਦੀ ਆਈ ਆ ਮਸ਼ੀਨ? ਇਹ ਹੈਗੀ ਹੈ ਜੀ ਕੀਮਤ ਦੀ 4.25 ਲੱਖ ਰੁਪਈਆ। 4.25 ਲੱਖ ਰੁਪਈਆ ਇਹਦੀ ਕੀਮਤ ਆ ਤੇ ਜਿਹੜੀ ਉੱਤੇ ਬਹਿ ਕੇ ਬਹਿਣ ਵਾਲੀ ਆ ਉਹ ਸਸਤੀ ਆ ਕਿ ਸਸਤੀ ਆ? ਉਹ ਤਾਂ ਹੈਗੀ ਆ ਘੱਟੋ ਘੱਟ 13-14 ਲੱਖ ਰੁਪਏ। ਉਹ 13-14 ਲੱਖ ਦੀ ਜਿਹੜੀ ਉੱਤੇ ਬਹਿ ਕੇ ਲਾਉਂਦੇ ਆ? ਠੀਕ ਆ। ਤੇ ਅੱਜ ਪਹਿਲੇ ਦਿਨ ਹੀ ਚਲਾਉਣ ਲੱਗੇ ਆ? ਹਾਂਜੀ, ਅੱਜ ਪਹਿਲੇ ਦਿਨ ਚਲਾਇਆ। ਤੇ ਊਂ ਬਈ ਆਹ ਜਿਵੇਂ ਹੁਣ ਲੱਗਦਾ ਜਾਂਦਾ, ਤੇ ਕਿਵੇਂ ਰੂਹ ਜੀ ਖਿੜਦੀ ਆ ਮਾੜੀ ਜਿਹੀ? ਖਿੜਦੀ ਆ। ਹੁਣ ਕੀ ਕਰੀਏ, ਪਹਿਲਾਂ ਲੇਬਰਾਂ ਤੋਂ ਡਰੇ ਹੋਏ ਸੀਗੇ ਇਸ ਕੰਮ ਨੂੰ ਕਰਨਾ ਪਿਆ ਕੰਮ। ਬਾਈ ਕਿਰਾਏ ਤੇ ਵੀ ਲਾਉਂਗੇ? ਇਸ ਸਾਲ ਨਹੀਂ ਲਾਉਂਦੇ। ਇਸ ਸਾਲ ਨਹੀਂ ਲਾਉਂਦੇ, ਅਗਲੇ ਸਾਲ ਲਾਉਂਦੇ। ਵੈਸੇ ਊਂ ਲਗਾ ਦਿਆਂਗੇ ਜੇ ਕਿਸੇ ਦਾ, ਸਾਡੇ ਦਾ ਆਪ ਤੋਂ ਬਾਅਦ ਸਮਾਂ ਬਚ ਗਿਆ ਤਾਂ। ਠੀਕ ਆ, ਠੀਕ ਆ, ਫਿਰ ਲਗਾ ਦਿਆਂਗੇ। ਠੀਕ ਆ ਬਾਈ, ਕਿੰਨੇ ਕਿੱਲੇ ਲਾ ਦੂਗੀ ਇਹ? ਕੰਪਨੀ ਤਾਂ 5-6 ਕਿੱਲੇ ਕਹਿੰਦੀ ਆ। ਠੀਕ ਆ। ਤੇ ਕਿੰਨੇ ਬੰਦੇ ਕਿੰਨੇ ਚਾਹੀਦੇ ਇਹਨੂੰ ਲਾਉਣ ਵਾਸਤੇ? ਕਿੰਨੇ ਬੰਦੇ ਚਾਹੀਦੇ? ਬਸ ਇੱਕ ਤਾਂ ਜਾਣੀ ਕਿ ਮਗਰ ਤੁਰਨਾ ਹੁੰਦਾ। ਹਾਂ, ਉਹ ਹੋ ਗਿਆ। 3-4 ਬੰਦੇ, ਜਾਣੀ ਕਿ 4-5 ਬੰਦੇ ਵਧੀਆ ਕੰਮ ਸਾਰੀ ਜਾਂਦੇ ਆ। ਜੇ ਮੰਨ ਕੇ ਚਲੋ 5 ਬੰਦੇ ਵੀ ਲਾ ਲਓ, ਤੇ 5 ਬੰਦੇ ਦੀ 500 ਰੁਪਈਆ ਦਿਹਾੜੀ ਵੀ ਲਾ ਲਓ। ਹਾਂਜੀ, ਫਿਰ ਵੀ ਕੋਸਟ ਸਹੀ ਆ। ਹਾਂ ਵੀ ਮੰਨ ਲਓ ਵੀ 5 ਬੰਦੇ 2500 ਰੁਪਈਆ ਦਿਹਾੜੀ ਹੋ ਗਈ, ਤੇ 5 ਹੀ ਕਿੱਲੇ ਲਾ ਤੇ 1000 ਦਾ ਇਹ ਤੇਲ ਖਾ ਗਈ, 3500 ਹੋ ਗਿਆ। ਹਾਂਜੀ ਹਾਂਜੀ, ਤਾਂ ਵੀ 700 ਰੁਪਈਏ 'ਚ ਕਿੱਲਾ ਪਿਆ? ਕਿੱਲਾ ਪਿਆ ਜੀ। ਤੇ 5-6 ਹਜ਼ਾਰ ਮੰਗਦੇ ਆ ਜੀ ਬਹੁਤ? ਹਾਂ ਜੀ, ਕਾਫੀ ਆ। 5 ਦਾ 5 ਵੀ ਆ 6 ਵੀ ਆ, ਜਿੱਥੇ ਖੜਦੇ ਆ ਉਹਨਾਂ ਦੇ, ਉੱਥੇ ਤੱਕ ਜ਼ਿਮੀਂਦਾਰ ਜਿੱਥੋਂ ਤੱਕ ਝੱਲਦਾ ਝਾਲ ਲਵਾਂ ਜਾਂ ਝੱਲੀ ਜਾਂਦੇ ਲੋਕ। ਮੈਂ ਤੈਨੂੰ ਆਪਦਾ ਨਿੱਜੀ ਤਜਰਬਾ ਦੱਸਦਾ ਵੀ ਮੈਨੂੰ ਇੱਕ ਬੰਦੇ ਨੇ, ਜ਼ਿਮੀਂਦਾਰ ਨੇ ਇਹ ਗੱਲ ਦੱਸੀ ਬਈ, ਸਾਈ ਦਿੱਤੀ ਸੀ ਬੰਦਿਆਂ ਨੂੰ। ਹਾਂਜੀ, ਬੰਦੇ ਬਾਹਣ 'ਚ ਆ ਗਏ। ਹਾਂਜੀ, ਬਾਹਣ 'ਚ ਆ ਕੇ ਖੜ ਕੇ ਕਹਿੰਦੇ ਲਵਾਉਣਾ ਤਾਂ ਇੰਨੇ ਲੈਣੇ ਆ। ਇਹ ਸਹੀ ਆ ਜੀ ਗੱਲ, ਸੁਣੀ ਸਹੀ ਹੋਊਗੀ ਗੱਲ ਤੁਹਾਡੀ। ਹਾਂ, ਨਹੀਂ ਅਸੀਂ ਜਾਣਦੇ ਹਾਂ ਅਤੇ ਹੁਣ ਬੰਦਾ ਉੱਥੇ ਕੀ ਕਰੂਗਾ? ਕੀ ਕਰੂਗਾ ਜੀ, ਆਲਟੀਨੇਟ ਹੈ ਨਹੀਂ ਨਾ ਕੋਈ, ਆਹੀ ਆ ਇਕੱਲਾ। ਹਾਂ, ਹੁਣ ਐਤਕੀ ਯਾਰ ਤੁਹਾਨੂੰ ਪਤਾ ਵੀ ਬਾਹਰੋਂ ਬਿਹਾਰ ਦੇ ਵਿੱਚੋਂ ਵੀ ਪ੍ਰੋਬਲਮ ਆ ਰਹੀ ਹੈ ਕਾਫੀ, ਲੇਬਰ ਨਹੀਂ ਮਿਲ ਰਹੀ ਕਿਸੇ ਪਾਸੇ। ਚਲੋ ਅਗਲੀ ਯਾਰ ਨੂੰ ਲੋੜ ਹੀ ਨਾ ਪਵੇ, ਆਪਣੇ ਪੰਜਾਬ ਦਾ ਪੈਸਾ ਪੰਜਾਬ 'ਚ ਰਹਿ ਜੂਗਾ। ਹਾਂਜੀ ਹਾਂਜੀ, ਕਿਉਂਕਿ ਜੇ ਹੁਣ ਇਹ ਮਸ਼ੀਨਾਂ ਚੱਲਣਗੀਆਂ, ਕਰੋਨਾ ਕਰਕੇ ਮਸ਼ੀਨਾਂ ਜਿੰਨੀਆਂ ਆਈਆਂ ਸੀ, 4-5 ਹਜ਼ਾਰ ਮਸ਼ੀਨ ਆਈ ਸੀ ਉੱਥੇ, ਉਹੀ ਵੰਡੀਆਂ ਗਈਆਂ ਕਿਉਂਕਿ ਪਿੱਛੇ ਤੋਂ ਮਾਲ ਹੀ ਨਹੀਂ ਆਇਆ, ਨਹੀਂ ਤਾਂ ਇਦੂ ਵੀ ਵੱਧ ਆ ਜਾਣੀਆਂ ਸੀ ਪਿੰਡਾਂ 'ਚ। ਨਹੀਂ, ਨਾਲੇ ਮੇਰੇ ਹਿਸਾਬ ਨਾਲ ਮੈਨੂੰ ਐਵੇਂ ਲੱਗਦਾ ਵੀ ਐਂ ਵੀ ਹੋ ਜੂਗਾ ਵੀ ਜੇ ਆਪਾਂ ਦੇਖੀਏ ਬਈ, ਜੇ ਪੰਜਾਬ 'ਚ ਹੀ ਫਿਰ ਇਹਦੀ ਫੈਕਟਰੀਆਂ ਲੱਗਣਗੀਆਂ, ਮਸ਼ੀਨਾਂ ਦੀਆਂ ਏਜੰਸੀਆਂ ਬਣਨਗੀਆਂ, ਤੇ ਪੰਜਾਬ ਨੂੰ ਹੀ ਪੈਸਾ ਆਊਗਾ, ਪੰਜਾਬ 'ਚ ਹੀ ਟੈਕਸ ਭਰਿਆ ਜਾਊਗਾ ਇਹ ਚੀਜ਼ ਦਾ, ਹੈ ਨਾ? ਪੰਜਾਬ ਨੂੰ ਜ਼ਿਆਦਾ ਫਾਇਦਾ ਹੋਊਗਾ ਇਹ ਚੀਜ਼ ਦਾ ਜੇ ਕਾਮਯਾਬ ਹੋ ਜਾਂਦਾ। ਡਿਮਾਂਡ ਸਿਰ 'ਤੇ ਤਾਂ ਫਿਰ ਸਾਰਾ ਚੱਲੂਗਾ ਜੀ, ਯਾਨੀ ਕਿ ਅੱਜ ਤੱਕ ਜੋ ਪਹਿਲਾਂ ਵੀ ਆਈਆਂ ਹੈਗੀਆਂ ਕਿਸੇ ਨੇ, ਅੱਜ ਯਾਨੀ ਕਿ ਅੱਜ ਤੱਕ ਰਹਿ ਨਹੀਂ ਕਿਹਾ ਵੀ ਇਹਦੇ ਨਾਲ ਅਸੀਂ ਸਹੀ ਨਹੀਂ ਲੱਗ ਰਿਹਾ ਕੰਮ, ਕੰਮ ਸਹੀ ਹੋ ਰਿਹਾ। ਬਾਕੀ ਆਏ ਆ, ਸਿਆੜ ਆਵਾਜ਼ ਲੱਗ ਰਿਹਾ, ਹਵਾ ਪਊਗੀ, ਬਿਮਾਰੀ ਘੱਟ ਪੈਂਦੀ ਆ ਝੋਨੇ ਦੀ, ਰੇਹ ਰੂਹ ਸਿੱਟਣਾ ਹੀ ਸੌਖਾ, ਸਾਰੀਆਂ ਚੀਜ਼ਾਂ ਹੀ ਸੌਖੀਆਂ। ਤੇ ਆਜੋ ਦੇਖ ਕੇ ਆਪਾਂ ਕਿਵੇਂ ਚੱਲਦੀ ਆ। ਆਜੋ, ਓਏ ਅੱਗੇ ਲਿਆਓ ਟਰੈਕਟਰ ਮੰਤਰੀ, ਓ ਮੰਤਰੀ ਟਰੈਕਟਰ ਲਿਆਓ ਅੱਗੇ। ਆ ਵੀਰੇ, ਆ ਵੀਰੇ ਯਾਰ, ਗੇਅਰ ਆ ਇਹਦੇ ਕਿੰਨੇ ਆ? ਆ ਕਿਹੜਾ? ਠੀਕ ਆ, ਠੀਕ ਆ, ਠੀਕ ਆ, ਠੀਕ ਆ, ਠੀਕ ਆ, ਠੀਕ ਆ। ਜਿਹੜਾ ਆਪਾਂ ਬੀ ਵੱਧ ਘੱਟ ਪਾਉਣਾ, ਤੇ ਉਹ ਇੱਧਰਲਾ ਜਿਹੜਾ ਜਦੋਂ ਤੁਸੀਂ ਆਹ ਛੱਡਦੇ ਹੋ ਉਦੋਂ ਤੁਰ ਪੈਂਦੀ ਆ, ਹੈ ਨਾ, ਲਾਲ ਜਿਹਾ। ਬਸ 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 ਬਸ।